ਮੇਰੇ ਰਿਸ਼ਤੇਦਾਰ ਸੀਗੇ ਬਾਹਰ ਅਮੈਰੀਕਾ ਤੋਂ ਆਏ ਸੀਗੇ, ਮੇਰੇ ਮਾਸੀ ਜੀ ਲੱਗਦੇ, ਉਹ ਆਏ ਸੀਗੇ ਬਾਹਰੋਂ, ਤਾਂ ਉਹਨਾਂ ਨੇ ਯੂਟਿਊਬ 'ਤੇ ਇਹਨਾਂ ਦਾ ਦੇਖਿਆ ਸੀਗਾ ਨਾ, ਸਟਾਰ ਹੋਸਪਿਟਲ ਦਾ, ਸਾਨੂੰ ਜਿੱਥੋਂ ਪਤਾ ਲੱਗਾ ਕਿ ਟੰਮੀ ਟੱਕ ਦੀ ਇੱਕ ਸਰਜਰੀ ਕਰਾਈ ਸੀਗੀ, ਅਤੇ ਇੱਕ ਦਿਨ ਸਾਨੂੰ ਹੋਸਪਿਟਲ ਰੱਖਿਆ ਆ, ਅਗਲੇ ਦਿਨ ਨੈਕਸਟ ਡੇ ਸਾਨੂੰ ਡਿਸਚਾਰਜ ਕਰ ਦਿੱਤਾ ਸੀਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ। ਮੇਰੇ ਰਿਸ਼ਤੇਦਾਰ ਸੀਗੇ ਬਾਹਰ ਅਮੈਰੀਕਾ ਤੋਂ ਆਏ ਸੀਗੇ, ਮੇਰੇ ਮਾਸੀ ਜੀ ਲੱਗਦੇ, ਉਹ ਆਏ ਸੀਗੇ ਬਾਹਰੋਂ, ਤਾਂ ਉਹਨਾਂ ਨੇ ਯੂਟਿਊਬ 'ਤੇ ਇਹਨਾਂ ਦਾ ਦੇਖਿਆ ਸੀਗਾ ਨਾ, ਸਟਾਰ ਹੋਸਪਿਟਲ ਦਾ, ਸਾਨੂੰ ਜਿੱਥੋਂ ਪਤਾ ਲੱਗਾ, ਅਤੇ ਉਸ ਤੋਂ ਦੇਖ ਕੇ ਅਸੀਂ ਜਦੋਂ ਕਾਲ ਕੀਤੀ ਆ ਇਹਨਾਂ ਨੂੰ, ਕਾਲ ਕਰਕੇ ਅਸੀਂ ਹੋਸਪਿਟਲ ਵਿਜਿਟ ਕੀਤੀ ਆ, ਵਿਜਿਟ ਕਰਕੇ ਸਾਨੂੰ ਜਸਮੀਤ ਅਲੋਵਾੜੀਆ ਡਾਕਟਰ ਸਾਹਿਬ ਮਿਲੇ ਆ ਸਾਨੂੰ, ਹੈ ਨਾ। ਸਾਨੂੰ ਇਹਨਾਂ ਨੇ ਸੁਜੈਸਟ ਕੀਤਾ ਹੈਗਾ ਕਿ ਤੁਸੀਂ ਜਸਟ ਜਿਸ ਦਿਨ ਆਏ ਆ ਉਦੋਂ ਹੀ ਤੁਸੀਂ ਓਪਰੇਟ ਕਰਾ ਸਕਦੇ ਹਾਂ, ਹੈ ਨਾ। ਪਰ ਉਸ ਤੋਂ ਅਗਲੇ ਦਿਨ ਅਸੀਂ ਦੁਬਾਰਾ ਫਿਰ ਆਏ, ਆ ਕੇ ਤਾਂ ਆਪਣੇ ਟੈਸਟ ਵਗੈਰਾ ਕਰਾਏ, ਟੈਸਟ ਕਰਾ ਕੇ ਅਤੇ ਫਿਰ ਸਰਜਰੀ ਕਰਾਈ, ਹੈ ਨਾ, ਟੰਮੀ ਟੱਕ ਦੀ ਇੱਕ ਸਰਜਰੀ ਕਰਾਈ ਸੀਗੀ। ਅਤੇ ਇੱਕ ਦਿਨ ਸਾਨੂੰ ਹੋਸਪਿਟਲ ਰੱਖਿਆ ਆ, ਅਗਲੇ ਦਿਨ ਨੈਕਸਟ ਡੇ ਸਾਨੂੰ ਡਿਸਚਾਰਜ ਕਰ ਦਿੱਤਾ ਸੀਗਾ। ਅਤੇ ਬਹੁਤ ਵਧੀਆ ਨਾ, ਸਟਾਫ ਬਹੁਤ ਵਧੀਆ ਆ, ਕੋਪਰੇਟ ਕਰਦਾ ਆ, ਉੱਦਾਂ ਵੀ ਵਧੀਆ ਬਿਹੇਵ ਆ ਸਾਰੇ ਸਟਾਫ ਦਾ, ਡਾਕਟਰ ਸਾਹਿਬ ਦਾ, ਸਾਰਾ ਸਟਾਫ ਪੁੱਛਦਾ ਆ ਨਾ, ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ। ਪਹਿਲਾਂ ਹੁੰਦੀ ਆ ਕਿ ਪਤਾ ਨਹੀਂ ਕਿਹੋ ਜਿਹਾ ਹੋਸਪਿਟਲ ਹੋਣਾ ਜਾਂ ਕਿੱਦਾਂ ਦਾ ਹੋਣਾ, ਹੈ ਨਾ। ਪਹਿਲਾਂ ਮੈਨੂੰ ਵੀ ਇੱਦਾਂ ਹੀ ਹੁੰਦਾ ਸੀਗਾ ਵੀ ਮੈਂ ਕਹਿੰਦਾ ਸੀ ਰਹਿਣ ਦਿਉ ਵੀ ਨਹੀਂ ਜਾਣਾ ਨਾ, ਪਰ ਜਦੋਂ ਆਏ ਇਹਨਾਂ ਨੂੰ ਮਿਲੇ ਹਾਂ ਆਪਾਂ ਇੱਥੇ ਆ ਕੇ, ਪਤਾ ਲੱਗਾ ਸਾਨੂੰ ਕਿ ਹਾਂ ਯਾਰ ਨਹੀਂ ਵਧੀਆ, ਹੈ ਨਾ। ਜੇ ਤੁਸੀਂ ਵੀ ਕਰਾਉਣਾ ਚਾਹੁੰਦੇ ਹਾਂ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ, ਤਾਂ ਤੁਸੀਂ ਕੋਨੈਕਟ ਕਰ ਸਕਦੇ ਹਾਂ ਡਾਕਟਰ ਆਲੂ ਵਾਲੀ ਆ, ਜਿਸ ਹੈ ਨਾ, ਯੂਟਿਊਬ 'ਤੇ ਕੱਢ ਸਕਦੇ ਹਾਂ, ਤੁਸੀਂ ਕੱਢ ਕੇ ਅਤੇ ਇਹਨਾਂ ਦੇ ਨਾਲ ਕੋਨਟੈਕਟ ਕਰ ਸਕਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ।